तीन चार ही है साढ़े सिर्फ चंडीगढ़ है साढ़े घर के कोल है ना उत्ते ये मैट्रो वाले ने बनाया थे कुछ इन्हों प्राइस अड्डे हो परिंदा भी फर नहीं मार सकता। सो जी इतों करवा रहे हैं असी हूँ तेल चेंज है गड्डी का असी ऑयल फिल्टर तो जरा नट हों थले लगता वह तो असी इतों की जर्मनी तो लैके आए सी नाल नॉर्मल वीर करते नहीं है इदा काम तेल इन्हों को भी खरीदना पैंता पर कह रहे कोई नहीं चलो तुम बहरों आए तो कर दें। सो जी लगे ने वीर तेल चेंज कर ऐसी इंस्टम फैसलाबाद लायलपुर पाकिस्तान। वीर जी थलू भी एक बार झाती मार लियो गड्डी है ना उदा वैसे कोई शॉकर या कोई चीज़ देख लियो। फिलहाल तो सारी कंडीशन ठीक लग रही क्योंकि टायरों की भी कंडीशन अजे तक ठीक है बिल्कुल शॉकर वगैरह तो नहीं लीक होया भाई कप भाई कप की आप सारे रस्ते गल करते कप नहीं मिले है ना 10,000 किलोमीटर लो जी वीर जी हरने करता गड्डी का तेल चेंज तो आप भी रेडी हाँ निकल हूँ तो भाजी बहुत बहुत धन्यवाद थोड़ा बहुत बहुत शुक्रिया जी नैक्सट टाइम जरूर मिलेंगे जो पाकिस्तान आए तो ओके जी। वालेकुम सलाम कैसे हैं ठीक है जी जी थैंक यू। वो सामने पार्किंग चला रहा है
जी, सत श्री अकाल जी सारयां नूं ते वेलकम इन लाहौर सिटी पाकिस्तान। सो इस टाइम ऐसी बिल्कुल सेंटर दे विच पाकिस्तान लाहौर दे ते थोड़ी बहुत भाजी सानूं जानकारी देंगे क्योंकि आपां पहली बार आए हां इत्थे। इह भाजी लाहौर दा सब तों मेन इलाका है, सब तों अहम नवा लाहौर है सारा। नवा लाहौर जी जी, इहनूं गुलबर्ग भी कह दिंदे आ कुछ लोग। ते आपां कलमा चौक ते पिछों आ रहे हां जी। ਅਤੇ ਇੱਥੇ ਲਾਹੌਰ ਦੇ ਵਿੱਚ ਜਿੱਦਾਂ ਇਹ ਵੱਖਰੇ ਵੱਖਰੇ ਟਾਵਰ ਤੁਹਾਨੂੰ ਵੱਖਰੀ ਵੱਖਰੀ ਥਾਵਾਂ ਵਾਸਤੇ ਮਸ਼ਹੂਰ ਮਿਲਣਗੇ। ਜਿਸ ਤਰ੍ਹਾਂ ਪਿੱਛੇ ਅਸੀਂ ਹਫੀਜ਼ ਸੈਂਟਰ ਤੋਂ ਲੰਘੇ ਹਾਂ, ਜੋ ਸਾਰੇ ਦਾ ਸਾਰਾ ਮੌਲ ਜਿਹੜਾ ਸੀ ਉਹ ਕੰਪਿਊਟਰ ਔਰ ਮੋਬਾਈਲ ਫੋਨ ਦਾ ਸੀ, ਇਲੈਕਟ੍ਰਿਕ ਚੀਜ਼ਾਂ ਦਾ ਸੀ। ਉਹਦੇ ਨਾਲ ਹੀ ਪੇਸ ਸੀਗਾ, ਪੇਸ ਉੱਥੇ ਸਿਰਫ ਪੈਂਟ ਸ਼ਰਟ ਮਿਲਦੀ ਆ, ਹੋਰ ਕੋਈ ਚੀਜ਼ ਨਹੀਂ ਜਿੱਦਾਂ। ਅਤੇ ਇਸੇ ਤਰ੍ਹਾਂ ਸਾਡੇ ਹੁਣ ਰਾਈਟ ਹੈਂਡ ਸਾਈਡ 'ਤੇ ਰੋਡ ਤੋਂ ਪਰਲੇ ਪਾਸੇ ਇਹ ਅਵਾਰੀ ਐਕਸਪ੍ਰੈਸ ਇਹਨੂੰ ਕਹਿੰਦੇ ਆ। ਇਹਦੇ ਥੱਲੇ ਇਮਤਿਆਜ਼ ਬਹੁਤ ਵੱਡਾ ਮਾਲ ਹੈਗਾ ਔਰ ਉੱਪਰ ਜਿਹੜਾ ਹੈ ਉਹ ਹੋਟਲ ਵਗੈਰਾ ਹੈਗੇ ਆ। ਇਸ ਤਰ੍ਹਾਂ ਰਾਡੋ ਔਰ ਬਾਕੀ ਹਾਂਜੀ ਕੱਲ ਹੀ ਗੱਲ ਕਰ ਰਹੇ ਸੀ ਆਪਾਂ, ਹਾਂਜੀ ਹਾਂਜੀ ਇਹ ਰਾਡੋ ਦਾ ਆ ਜਾਏਗਾ। ਔਰ ਇਸ ਤੋਂ ਅੱਗੇ ਜਿਹੜੀ ਸਭ ਤੋਂ ਪੁਰਾਣੀ ਸਭ ਤੋਂ ਅਹਿਮ ਇਮਾਰਤ ਜਿਹੜੀ ਸਿਟੀ ਟਾਵਰ ਹੈ, ਠੀਕ ਹੈ, ਗੁਲਬਰਗ ਜਿਹੜਾ ਹੈ ਨਾ, ਮੇਨ ਗੁਲਬਰਗ ਜਿਹੜਾ ਹੈ ਉਹ ਇਹਦੀ ਥੋੜ੍ਹਾ ਜਿਹਾ ਬੈਕ ਸਾਈਡ 'ਤੇ। ਉੱਥੇ ਕੱਪੜੇ ਦੀਆਂ ਬਹੁਤ ਜਿੰਨੇ ਵੀ ਪਾਕਿਸਤਾਨ ਦੇ ਵੱਡੇ ਵੱਡੇ ਬ੍ਰਾਂਡਸ ਨੇ ਉਹ ਇੱਥੇ ਹੈਗੇ ਨੇ। ਇਹ ਮੇਰੇ ਖੱਬੇ ਪਾਸੇ ਮੇਨ ਮਾਰਕੀਟ ਗੁਜ਼ਰੀ ਹੈ, ਠੀਕ ਹੈ, ਇੱਥੇ ਦੀ ਮੇਨ ਮਾਰਕੀਟ, ਇਹਨੂੰ ਨਾਮ ਮੇਨ ਮਾਰਕੀਟ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਇਹ ਰਾਬੀ ਸੈਂਟਰ ਹੈ ਜੀ, ਕਾਫੀ ਫਿਲਹਾਲ ਤਾਂ ਪੁਰਾਣਾ ਔਰ ਕਾਫੀ ਟਾਈਮ ਤੋਂ ਬੰਦ ਰਿਹਾ, ਲੇਕਿਨ ਅਜੇ ਤੱਕ ਆਬਾਦ ਨਹੀਂ ਹੋ ਸਕਿਆ। ਨਵਾਂ ਵੀ ਬਣਾ ਰਹੇ ਨੇ ਜੀ ਜੀ ਨਾਲ ਜੀ ਜੀ। ਸੋ ਇਸੇ ਤਰ੍ਹਾਂ ਆਪਾਂ ਹੌਲੀ 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 ਹੁਣ ਪੁਰਾਣੇ ਲਾਹੌਰ ਵਾਲੇ ਪਾਸੇ ਜਾਂਦੇ ਜਾਵਾਂਗੇ ਤੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਜਾਵਾਂਗਾ। ਆਪਾਂ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਮੈਂ ਚਾਹੁੰਦਾ ਕਿ ਤੁਹਾਨੂੰ ਮੈਂ ਸ਼ਾਹੀ ਕਿਲੇ ਔਰ ਚੂੰਕਿ ਤੁਹਾਡੀ ਮਾਤਾ ਜੀ ਵੀ ਡੇਰਾ ਸਾਹਿਬ ਨੂੰ ਯਾਦ ਕਰ ਰਹੀ ਸੀ, ਹਾਂਜੀ, ਤੇ ਤੁਹਾਨੂੰ ਮੈਂ ਡੇਰਾ ਸਾਹਿਬ ਔਰ ਨਾਲ ਹੀ ਬਾਦਸ਼ਾਹੀ ਮਸਜਿਦ ਹੈ, ਇੱਕ ਪੁਰਾਣੀ ਤਹਿਜ਼ੀਬ ਦੀ ਔਰ ਇੱਕ ਪੁਰਾਣੀ ਰਹਿਤਲ ਦੀ ਜੋ ਇੱਕ ਖੂਬਸੂਰਤ ਇੱਕ ਨਮੂਨਾ ਹੈ, ਖੂਬਸੂਰਤ ਇੱਕ ਮਸਜਿਦਾਂ ਤੇ ਬਹੁਤ ਸਾਰੀਆਂ ਰਾਹ 'ਚ ਆਉਂਦੀਆਂ ਨੇ, ਲੇਕਿਨ ਉਹ ਇੱਕ ਹਿਸਟੋਰੀਕਲ ਮਸਜਿਦ ਹੈ ਔਰ ਬਹੁਤ ਖੂਬਸੂਰਤ ਬਣਾਈ ਹੋਈ ਹੈ, ਉਹ ਵੀ ਵੇਖਾਂਗੇ। ਅਤੇ ਸਲਤਨਤ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤੁਹਾਨੂੰ ਪਤਾ ਜਿਹੜੀ ਆਪਣੀ ਪੰਜਾਬ ਦੇ ਉੱਪਰ 50-60 ਸਾਲ ਦੀ ਇੱਕ ਸਿੱਖ ਰਾਜ ਰਿਹਾ, ਉਸ ਰਾਜ ਦੀਆਂ ਤੁਹਾਨੂੰ ਬਹੁਤ ਸਾਰੀਆਂ ਯਾਦਾਂ ਵਿਖਾਵਾਂਗੇ, ਕਿਰਪਾਨਾਂ, ਤਲਵਾਰਾਂ, ਹੋਰ ਬੜਾ ਕੁਛ। ਅੱਛਾ, ਕਿਲੇ ਦੇ ਅੰਦਰ? ਕਿਲੇ ਦੇ ਅੰਦਰ ਬਹੁਤ ਕੁਛ, ਹਾਂਜੀ, ਪੇਂਟਿੰਗਸ, ਬਹੁਤ ਕੁਛ ਹੈ ਸਿੱਖ ਰਾਜ ਦੀਆਂ, ਤੁਹਾਨੂੰ ਬਹੁਤ ਸਾਰੀਆਂ ਜੀ। ਬਿਲਕੁਲ, ਅੱਗੇ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗਾ, ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਮੈਂ ਇੱਕ ਮਿਊਜ਼ੀਅਮ ਦੇ ਵਿੱਚ ਵੀ ਲੈ ਕੇ ਜਾਵਾਂ, ਇੱਕ ਦਿਨ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਖਾਵਾਂ। ਅੱਛਾ, ਇੱਕ ਹੋਰ ਬੜੀ ਖੂਬਸੂਰਤ ਗੱਲ ਮੇਰੇ ਸੱਜੇ ਪਾਸੇ ਆ ਰਹੀ ਹੈ, ਆਪਾਂ ਸ਼ਾਮ ਨੂੰ ਕੋਸ਼ਿਸ਼ ਕਰਾਂਗੇ, ਇਹ ਹੈ ਬੇਸਿਕਲੀ ਗੋਰਾ ਕਬਰਿਸਤਾਨ, ਠੀਕ ਹੈ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪੋਤੀ ਹੈ ਪ੍ਰਿੰਸਿਸ ਬੋਂਬਾ ਉਹ ਇੱਥੇ ਦਫ਼ਨ ਹੈ, ਉਹਨਾਂ ਦੀ ਕਬਰ ਇੱਥੇ ਹੈ। ਸੋ ਆਪਾਂ ਇੱਥੇ ਵੀ ਕੋਸ਼ਿਸ਼ ਕਰਾਂਗੇ ਕਿ ਸ਼ਾਮ ਨੂੰ ਆਈਏ। ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਮਹਾਰਾਜਾ ਦਲੀਪ ਸਿੰਘ, ਜਦੋਂ ਤੁਹਾਨੂੰ ਪਤਾ ਉਹਨਾਂ ਨੂੰ ਗੋਰੇ ਲੈ ਗਏ ਸੀ, ਸਿਰਫ 8 ਸਾਲ ਦੀ ਉਮਰ 'ਚ ਉਹਨਾਂ ਨੂੰ ਲੈ ਗਏ ਸੀ ਔਰ 12 ਸਾਲ ਦੇ ਵਿੱਚ ਉਹਨਾਂ ਨੂੰ ਕ੍ਰਿਸਚਨ ਕਨਵਰਟ ਕਰਤਾ ਗਿਆ ਸੀ। ਸੋ ਉਸ ਤੋਂ ਬਾਅਦ ਚੂੰਕਿ ਉਹਨਾਂ ਦੇ ਦੋ ਵਿਆਹ ਹੋਏ ਔਰ ਇੱਕ ਵਿਆਹ ਦੇ ਵਿੱਚ ਜਿਹੜੀਆਂ ਉਹਨਾਂ ਦੀ ਦੋ ਬੇਟੀਆਂ ਸਨ, ਜਦੋਂ ਮਹਾਰਾਜਾ ਨੂੰ ਵੱਡੇ ਹੁੰਦੇ ਗਏ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਤੇ ਕਿਸੇ ਰਾਜ ਦਾ ਮਾਲਕ ਹਾਂ ਤੇ ਮੈਨੂੰ ਤਾਂ ਬੇਵਕੂਫ ਬਣਾਇਆ ਗਿਆ। ਉਹਨਾਂ ਦੀ ਫਿਰ ਕਾਫੀ ਜ਼ਿਆਦਾ ਪੰਜਾਬ ਦੇ ਵੱਲ ਖਿੱਚ ਹੋਈ, ਫਿਰ ਉਹਨਾਂ ਨੇ ਬੜੀ ਕੋਸ਼ਿਸ਼ ਵੀ ਕੀਤੀ ਪੰਜਾਬ ਆਉਣ ਦੀ, ਪਰ ਉਹਨਾਂ ਨੂੰ ਆਉਣ ਨਹੀਂ ਦਿੱਤਾ ਗਿਆ। ਉਹਨਾਂ ਦੀ ਡੈਥ ਤੇ ਫਿਰ ਫਰਾਂਸ 'ਚ ਹੋ ਗਈ ਸੀ, ਲੇਕਿਨ ਉਹਨਾਂ ਦੀ ਬੋਡੀ ਵਾਪਸ ਲੈ ਕੇ ਗਏ। ਲੇਕਿਨ ਉਹਨਾਂ ਦੀ ਖੁਆਇਸ਼ ਫਿਰ ਉਹਨਾਂ ਦੀ ਬੇਟੀ ਨੇ ਪੂਰੀ ਕੀਤੀ, ਪ੍ਰਿੰਸਿਸ ਬੋਂਬਾ ਨੇ, ਉਹ ਇੱਥੇ ਆਈ ਮਿਲੀ। ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਪ੍ਰਿੰਸਿਸ ਬੋਂਬਾ ਤੋਂ ਹੀ ਮਤਲਬ ਕਿ ਉਹਨਾਂ ਦੇ ਇੱਕ ਬੰਦੇ ਤੱਕ ਪਹੁੰਚੀਆਂ, ਜਿਸ ਤਰ੍ਹਾਂ ਫਕੀਰ ਅਜ਼ੀਜ਼ੁਦੀਨ ਕੋਲ ਬਹੁਤ ਸਾਰਾ ਸਮਾਨ ਸਾਡਾ ਪਿਆ ਹੋਇਆ ਸਿੱਖ ਰਾਜ ਦਾ, ਉਹ ਡਾਕੂਮੈਂਟਸ ਪਏ ਨੇ ਖਾਸ ਕਰਕੇ ਇੱਥੇ ਲਾਹੌਰ ਸ਼ਹਿਰ ਦੇ ਵਿੱਚ। ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਸਾਡੇ ਕੋਲ 1 ਵੱਜ ਗਿਆ ਔਰ ਸ਼ਾਮ ਦੇ 5 ਵਜੇ ਤੱਕ ਜਿੰਨਾ ਕੁ ਮੈਕਸੀਮਮ ਆਪਾਂ ਇੱਕ ਦਿਨ 'ਚ ਤੁਹਾਨੂੰ ਲਾਹੌਰ ਵਿਖਾ ਸਕਾਂ ਤਾਂ ਮੈਂ ਜ਼ਰੂਰ ਵਿਖਾਵਾਂਗਾ। ਲਾਹੌਰ ਦੇ ਵਿੱਚ ਦੋ ਤਰ੍ਹਾਂ ਦੀ ਮੈਟਰੋ ਹੈ ਜੀ, ਇੱਕ
बस की मैट्रो भी हैगी है, पर मतलब बस इदा नहीं कि आम ट्रैफिक दे विच बस नहीं चलती, उहदा अलग ही रूट है। अच्छा ठीक है। वो रूट एमरजेंसी वास्ते भी यूज होंदा है ते बस वास्ते भी यूज होंदा है। अच्छा बाहर ही अंडरग्राउंड नहीं है ना? नहीं वो अंडरग्राउंड ही है। अच्छा अंडरग्राउंड कीता है। बस दे विच मतलब और ट्रैफिक नहीं जा सकदी। ठीक। ते एक है ट्रेन ऑरेंज ट्रेन उहनू कहिंदे आ, जिहदा मनसूबा ते बहुत वड्डा सी लेकिन फिलहाल एक ही ट्रैक उहदा जिहड़ा है उह चल रिहा है। अच्छा इस लाहौर दे तकरीबन तुहानू चारों पासे जिहड़ा है नाम पुराने ही मिलणगे, नाम नहीं चेंज होणगे। मैं तुहानू दसदा जावां कि लाहौर दी वैसे तो 1992 दे विच इहनू नुकसान पहुंचाया गया सी जदों बाबरी मस्जिद तोड़ी गई सी। अच्छा ठीक। उहदी रिएक्शन दे विच इहनू तोड़िया गया सी, बट नाउ गवर्नमेंट ने उहनू प्रिजर्व करता। ते इत्थे दी हुण एक बड़ी खास जगह है लाहौर दे विच, क्योंकि तुहाडे कोल टाइम थोड़ा है मैं तुहानू नाल दे नाल दसदा जावां। लाहौर दे विच सब तो जिहड़ी अहम जगह मन्नी जाती है वह दाता दरबार मनिया जाता है। ठीक है ठीक है। सो बहुत सारे लोगों का ख्याल है कि बहुत पुराने सीगे दाता साहब, पर जिस तरह साढ़े सिखां दे विच लंगर चलता है इस तरह ये दाता दी लाहौर का दूजा नाम जिहड़ा है वह दाता दी नगरी आख्या जाता है। दाता दी नगरी है। ठीक है ठीक है। तो ये उन्हां दा इत्थे मज़ार हैगा, तो मैं तुम्हें बारों बारों वो दर्शन करा दिना। और जुमेरात वाले दिन बहुत तगड़ा वह होंगे, अजय थोड़ा जहा अगे है। मेट्रो स्टेशन और तमाम तर नाम ये नाम के नाल ही मनसूब ने। जिस यूनिवर्सिटी का स्टूडेंट सा एक क्रिकेटर होने के नाते, चूंकि असं क्रिकेट खेडते थे साडा अक्सर इन पंगा पिया रहा जी इस कॉलेज दी टीम जी इस कॉलेज दी टीम दे नाल। ते ये बड़े डाढ़े होंदे सी जी सी ए दे विच जिहड़े मुंडे पड़ाकू मुंडे सीगे, ये थोड़े लड़ाई लड़ूई वाले मुंडे आ सी। ते मैनूं हुण वी याद है, मैनूं नाम भुल गया उहनां दा। असीं जदों लाहौर बोर्ड बट साहब सी पता कौन सीगे, जदों लाहौर बोर्ड असीं खेडे ते उह इहनां दे हैड ने सानूं सिलैक्ट करना सीगा। ਉਦੋਂ ਸਰਦਾਰ ਕਰਕੇ ਕਾਫੀ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਸੀਗਾ। ਇਹ ਸਾਹਮਣੇ ਤੁਸੀਂ ਦੱਸ ਰਹੇ ਸੀ ਕਹਿੰਦੇ ਇੱਕ ਵਾਰੀ ਤੁਹਾਨੂੰ ਮਿਲਾਏ ਤੁਸੀਂ ਛੱਕੇ ਬੜੇ ਮਾਰੇ ਸੀ ਭਾਜੀ। ਵੈਕੈਂਸੀ ਮੇਰੇ ਮਾਰਕਸ ਹੀ ਬੜੇ ਘੱਟ ਆਏ ਸੀ, ਕਿਉਂਕਿ ਜੀ ਸੀ ਯੂਨੀਵਰਸਿਟੀ ਪਾਕਿਸਤਾਨ ਦੀ ਇੱਕ ਐਸੀ ਯੂਨੀਵਰਸਿਟੀ ਹੈ, ਗੌਰਮੈਂਟ ਕਾਲਜ ਯੂਨੀਵਰਸਿਟੀ, ਜਿੱਥੇ ਇਲਾਮਾ ਇਕਬਾਲ, ਕਾਇਦ ਆਜ਼ਮ, ਵੱਡੇ ਵੱਡੇ ਜਿੰਨੇ ਪਾਕਿਸਤਾਨ ਦੇ ਰਹਿਨੁਮਾ ਨੇ ਇੱਥੋਂ ਪੜ੍ਹ ਕੇ ਜਾਂਦੇ ਨੇ। ਔਰ ਇਹ ਲੋਕ ਜਿਹੜੇ ਨੇ ਇਹ ਯੂਨੀਵਰਸਿਟੀ ਜਿਹੜੀ ਹੈ ਜੀਨੀਅਸ ਲੋਕਾਂ ਨੂੰ ਪੂਰੇ ਮੁਲਕ 'ਚੋਂ ਇਕੱਠਾ ਕਰਦੀ ਹੈ, ਸਿਲੈਕਟ ਕਰਦੀ ਹੈ ਜਿਹੜੇ ਲੋਕ 90+ ਮਾਰਕਸ ਉਹਨਾਂ ਦੇ ਹੁੰਦੇ ਆ। अच्छा। पर मेरे इन्ने मार्क्स नहीं सीगे, बस सिर्फ एक शौक सीगा कि नहीं मैं इस यूनिवर्सिटी जाना जाना जाना, तो फिर जान लगा दीती उस जोश दे विच। दहाता फिर अपना। हाँ जी, बस मालक दी करम नवाजिश सी, उन्हें करवाना जो कुछ करवाना। हाँ जी। पर मैनू हुण ना लाहौर दे विच जिद्दां पुरानी यादां आ रही ने, क्योंकि इन्हां रोडां ते मैं बहुत मोटरसाइकिल चलाई। अजे तो रश देख के ते मैनू मॉल रोड है, तकरीबन तमाम तर अहम और लाहौर दियाँ ये खूबसूरत यादगारां आप कह सकते हैं कि गोरा राज वेले जिन्नियां सीगियां वो इत्थे ही बनियां। मॉडर्न दौर दियाँ जिन्हां तो चाहे वह कौमी असैम्बली है, चाहे वड्डे वड्डे हॉस्पिटल आ, GPO आ, सब कुछ इहदे उपर है। और सो जिन्हां नूं लाहौर देखण दा बहुत ज़्यादा शौक है आ नहीं सके, इस करके साडा ये वीडियो बनाने का मकसद सी कि इस नूं थोड़ी जी लंबी वीडियो बनाइए और तकरीबन ज्यादा तो ज्यादा दिखा सकिए जो असीं खुद इस टाइम देख रहे हैं। शॉर्ट वीडियो भी बना सकते हैं पर दिल जा नहीं मनता क्योंकि इत्थे देखण नूं है ही बहुत कुछ जी। बिल्कुल, जो सामने इमारत तुसीं लोकां नूं विखाउण दी कोशिश कर रहे हो। हाँ जी, ये गवर्नमेंट कॉलेज यूनिवर्सिटी है जिथों का मैं पढ़िया वा, मैं समझ जी जी, और मैं बड़ा फख्र महसूस करता कि इस कॉलेज तो मैं पढ़िया। पर ये मेरे खब्बे पासे जिहड़ी जगह है, ये रोड जिहड़ा है, हाँ जी, इस जिहड़ा भगत सिंह ने सैंडरस नूं गोली मारी सी वो। अच्छा। इत्थे ही मारी सी। और इस रोड दे जी जी इस रोड ते जी जी
ਕੋਈ ਜਗ੍ਹਾ ਹੈ ਜੀ ਜੀ ਬੋਰਡ ਹੈ ਉਹ ਪਿੱਪਲ ਹੈ ਜਾਂ ਬੋਰਡ ਹੈ ਉਹ ਸ਼ਾਇਦ ਹੁਣ ਵੀ ਹੈਗਾ ਜੋ ਮੈਂ ਬੁੱਕਸ ਦੇ ਵਿੱਚ ਪੜਿਆ ਸੀ ਉਹ ਇਹੀ ਆਪਣਾ ਸਾਈਕਲ ਦੀ ਚੈਨੀ ਖਰਾਬ ਕਰਕੇ ਨਾ ਹਾਂ ਹਾਂ ਤੇ ਉਹਨੂੰ ਸ਼ੂਟ ਕੀਤਾ ਸੀ ਉਹ ਇੱਥੇ ਕੀਤਾ ਸੀ ਇਹਦੇ ਨਾਲ ਹੀ ਇਸਲਾਮੀਆ ਕਾਲਜ ਹੈ ਜਿੱਥੋਂ ਬਹੁਤ ਸਾਰੇ ਆਪਣੇ ਪੁਰਾਣੇ ਲੋਕ ਪੜ੍ਹ ਕੇ ਗਏ ਨੇ ਹਾਂਜੀ ਜੈਨੀ ਲੋਕ ਜਿਹੜੇ ਨੇ ਉਹਨਾਂ ਦਾ ਇਹ ਕਾਲਜ ਸੀ ਪੁਰਾਣਾ ਨਾਮ ਇਹਦਾ ਕੁਝ ਹੋਰ ਸੀ ਤੇ ਹੁਣ ਇਹਦਾ ਨਾਮ ਇਸਲਾਮੀਆ ਕਾਲਜ ਹੈ ਕਾਫੀ ਪੁਰਾਣੀ ਹੋਣੀ ਭਾਜੀ ਇਹ ਬਿਲਡਿੰਗ ਜੀ ਬਿਲਕੁਲ ਇਹ ਅੰਦਰ ਜਿੰਨੀ ਦੇਰ ਜਿੰਨਾ ਮੈਂ ਪੜਿਆ ਵਾਂ ਇਹਦੀ ਪੁਰਾਣੀ ਇਮਾਰਤ 1870 ਦੀ ਸੀ 1870 ਦੀ ਜੀ ਔਰ ਉਸ ਤੋਂ ਵੀ ਪੁਰਾਣੀ ਇਮਾਰਤ ਕਿਉਂਕਿ ਕੁਛ ਲੋਕ ਕੁਛ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਇੱਥੇ ਇੱਕ ਸਕੂਲ ਟਾਈਪ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਜਿਹਨੂੰ ਬਾਅਦ 'ਚ ਗੋਰਿਆਂ ਨੇ ਕਾਲਜ ਬਣਾ ਦਿੱਤਾ ਔਰ ਇਸੇ ਤਰ੍ਹਾਂ ਦੀ ਇੱਕ ਹੋਰ ਇਮਾਰਤ ਜਿੱਥੇ ਹੁਣ ਕੁਛ ਹੋਰ ਬਣ ਚੁੱਕਿਆ ਹੈ ਤੁਸੀਂ ਵੇਖ ਸਕਦੇ ਜੀ ਜੀ ਸਾਹਮਣੇ ਦੇਖ ਰਹੇ ਜੀ ਜੀ ਬਿਲਕੁਲ ਬਿਲਕੁਲ ਇੱਥੇ ਮੇਰਾ ਖਿਆਲ ਹੈ ਡੀਪੀਓ ਜਾਂ ਪੁਲਿਸ ਥਾਣਾ ਵੀ ਰਿਹਾ ਹੈ ਕਿਸੇ ਦੌਰ ਦੇ ਵਿੱਚ ਉਹ ਅਸੀਂ ਹੁਣ ਪੁਰਾਣੇ ਲਾਹੌਰ ਦੇ ਵਿੱਚ ਬੇਸ਼ੱਕ ਹੈ ਰੋਡ ਬਾਅਦ ਦਾ ਬਣਿਆ ਹੈ ਲੇਕਿਨ ਸਾਡੇ ਸੱਜੇ ਪਾਸੇ ਜਿਹੜਾ ਹੈ ਉਹ ਪੁਰਾਣਾ ਲਾਹੌਰ ਹੈ ਔਰ ਪੁਰਾਣੇ ਲਾਹੌਰ ਦੀਆਂ ਬਹੁਤ ਸਾਰੀਆਂ ਯਾਦਾਂ ਹੁਣ ਤੁਹਾਨੂੰ ਦਿਸਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਤੁਸੀਂ ਵੇਖ ਸਕਦੇ ਹੋ ਖੱਬੇ ਪਾਸੇ ਇੱਕ ਘਰ ਤੁਹਾਨੂੰ ਦਿਸ ਰਿਹਾ ਹੋਵੇਗਾ ਹਾਂਜੀ ਹਾਂਜੀ ਬਹੁਤ ਹੀ ਪੁਰਾਣਾ ਹਾਂਜੀ ਔਰ ਇਹ ਵਕਤ ਦੇ ਨਾਲ ਨਾਲ ਹੁਣ ਬਿਲਕੁਲ ਖੰਡਰ ਬਣਦੇ ਜਾ ਰਹੇ ਨੇ ਲੇਕਿਨ ਅਸੀਂ ਬਿਲਕੁਲ ਪੁਰਾਣੇ ਲਾਹੌਰ ਦੇ ਵਿੱਚ ਹੁਣ ਆ ਗਏ ਹਾਂ ਔਰ ਸੱਜੇ ਪਾਸੇ ਜਿਹੜਾ ਤੁਹਾਡਾ ਹੈ ਇਹ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਹਜ਼ਾਰ ਸਾਲ ਤੋਂ ਵੀ ਪੁਰਾਣੀ ਦੀ ਹਿਸਟਰੀ ਆਪਾਂ ਕਹਿ ਸਕਦੇ ਹਾਂ ਤੇ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਏ ਹੋਰ ਵੱਡੇ ਵੱਡੇ ਲੋਕ ਵੱਡੇ ਵੱਡੇ ਬਾਦਸ਼ਾਹ ਜਿਹੜੇ ਨੇ ਉਹ ਇਹਦੇ ਅੰਦਰ ਹੀ ਕਿਆਮ ਪਜ਼ੀਰ ਹੋਏ ਤੇ ਇਹ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀ ਜਿਹੜੀ ਮੈਟਰੋ ਬੱਸ ਚੱਲਦੀ ਹੈ ਇਹਦੇ ਅੰਦਰ ਇਹਦੇ ਕੋਲ ਅਲੱਗ ਰੂਟ ਹੈ ਹਾਂ ਅੱਛਾ ਇਹ ਅਲੱਗ ਰੂਟ ਬਣਾਇਆ ਜੀ ਬੱਸ ਦਾ ਜੀ ਜੀ ਸੋ ਐਮਰਜੈਂਸੀ ਔਰ ਦੇਖੋ ਜੀ ਬਿਲਕੁਲ ਸਾਹਮਣੇ ਜਿਸ ਦੀ ਭਾਜੀ ਗੱਲ ਕਰ ਰਹੇ ਨੇ ਹੁਣ ਜੀ ਉਹ ਬਾਦਸ਼ਾਹੀ ਮਸਜਿਦ ਹੈ ਔਰ ਵੈਸੇ ਤਾਂ ਲਾਹੌਰ ਦੇ 10-12 ਦਰਵਾਜ਼ੇ ਨੇ ਹੁਣ ਆਪਾਂ ਦਰਵਾਜ਼ਿਆਂ ਦੇ ਲਾਗੇ ਲਾਗੇ ਜਾਂਦੇ ਰਹਾਂਗੇ ਸੋ ਇਹ ਇੱਕ ਖੂਬਸੂਰਤ ਪੁੱਲ ਹੈ ਲਾਹੌਰ ਦਾ ਔਰ ਸੱਜੇ ਪਾਸੇ ਤੁਸੀਂ ਵੇਖੋਗੇ ਇਸ ਪੁੱਲ ਕ੍ਰਾਸ ਕਰਨ ਤੋਂ ਬਾਅਦ ਮਨਾ ਰਹੇ ਪਾਕਿਸਤਾਨ ਅਮੂਮਨ ਪਾਕਿਸਤਾਨ ਦੇ ਨੋਟਾਂ ਉੱਪਰ ਵੀ ਤੁਸੀਂ ਇਹਨੂੰ ਵੇਖ ਸਕਦੇ ਹੋ ਔਰ ਇਹਦੀ ਹਿਸਟਰੀ ਇਹ ਹੈ ਕਿ 23 ਮਾਰਚ 1940 ਨੂੰ ਕਰਾਰਦਾਦੇ ਪਾਕਿਸਤਾਨ ਮਨਜ਼ੂਰ ਹੋਈ ਸੀ ਜਿਹਦੇ ਵਿੱਚ ਇੱਕ ਵੱਖਰੇ ਮੁਲਕ ਦੀ ਤਹਿਰੀਕ ਜਿਹੜੀ ਸੀ ਉਹ ਜ਼ੋਰ ਪਕੜ ਗਈ ਸੀ ਔਰ ਉਹਦੀ ਯਾਦ ਦੇ ਵਿੱਚ ਇਹ ਮਨਾਰੇ ਪਾਕਿਸਤਾਨ ਜਿਹੜਾ ਹੈ ਇਹ ਬਣਾਇਆ ਗਿਆ ਸੀ ਜਿਹਦੇ ਆਪਾਂ ਹੁਣ ਤੁਹਾਨੂੰ ਦਰਸ਼ਨ ਦੀਦਾਰੇ ਕਰਾਵਾਂਗੇ ਅਤੇ ਮਨਾਰੇ ਪਾਕਿਸਤਾਨ ਔਰ 23 ਮਾਰਚ ਦੀ ਬਹੁਤ ਖੂਬਸੂਰਤ ਕਹਾਣੀ ਹੈ ਬਹੁਤ ਹੀ ਘੱਟ ਪੰਜਾਬੀਆਂ ਨੂੰ ਨਹੀਂ ਪਤਾ ਹੋਏਗੀ ਸ਼ਾਇਦ ਲਹਿੰਦੇ ਪੰਜਾਬ ਵਾਲੇ ਲੋਕ ਮੇਰੇ ਨਾਲ ਮੇਰੇ ਰਾਏ ਨਾਲ ਮੁਤਫਿਕ ਵੀ ਨਾ ਹੋਣ ਲੇਕਿਨ ਮੈਂ ਤੁਹਾਨੂੰ ਉਹ ਦੱਸਦਾ ਸਭ ਤੋਂ ਪਹਿਲੇ ਤੁਸੀਂ ਵੇਖੋ ਬਾਦਸ਼ਾਹੀ ਮਸਜਿਦ ਦਾ ਇੱਕ ਖੂਬਸੂਰਤ ਨਜ਼ਾਰਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਤੁਹਾਨੂੰ ਮੜੀ ਨਜ਼ਰ ਆਏਗੀ ਔਰ ਉਸ ਤੋਂ ਪਿੱਛੇ ਕਿਲ੍ਹਾ ਔਰ ਜਿਹੜਾ ਹੁਣ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਹੈ ਮਿਨਾਰੇ ਪਾਕਿਸਤਾਨ ਬਿਲਕੁਲ ਸਾਹਮਣੇ ਜੀ ਜੀ ਇਹ ਮਿਨਾਰੇ ਪਾਕਿਸਤਾਨ ਹੈ ਅੱਛਾ ਮੈਂ ਤੁਹਾਨੂੰ ਮਿਨਾਰੇ ਪਾਕਿਸਤਾਨ ਦੀ ਉਹ ਸੁਣਾ ਰਿਹਾ ਸੀਗਾ ਕਿ 23 ਮਾਰਚ ਦੀ ਅਸਲ ਕਹਾਣੀ ਹੈ ਅਸਲ ਵਿੱਚ 23 ਮਾਰਚ ਨੂੰ ਸ਼ਹੀਦ ਹੋਏ ਸਨ ਭਗਤ ਸਿੰਘ ਔਰ ਇਹ ਮੇਰਾ ਖਿਆਲ ਹੈ 1930 ਦੇ ਲਗਭਗ ਦੀ ਗੱਲ ਹੈ ਮੈਨੂੰ ਐਗਜੈਕਟ ਸਨ ਯਾਦ ਨਹੀਂ ਹੈ 31 ਵੀ ਹੋ ਸਕਦਾ ਹੈ 1927 ਸੀ 31-32 ਸੀ ਇਸ ਤਰ੍ਹਾਂ ਸੀ ਜਦੋਂ ਭਗਤ ਸਿੰਘ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਹਰ ਸਾਲ 23 ਮਾਰਚ ਨੂੰ ਇੱਕ ਬਹੁਤ ਵੱਡਾ ਇਕੱਠ ਹੁੰਦਾ ਸੀ ਪੰਜਾਬੀਆਂ ਦਾ ਇਹ ਉਹ ਦੌਰ ਦੀ ਗੱਲ ਹੈ ਜਦੋਂ ਸਿੱਖ ਹਿੰਦੂ ਮੁਸਲਮਾਨ ਸਾਰੇ ਇਕੱਠੇ ਹੋ ਕੇ ਤੇ ਗੋਰਾ ਰਾਜ ਦੇ ਪਿੱਛੇ ਪਏ ਸੀਗੇ ਪਰ ਆਹਿਸਤਾ ਆਹਿਸਤਾ ਜਿਹੜਾ ਹੈ ਉਹ ਆਜ਼ਾਦੀ ਦੀ ਜਿਹੜੀ ਤਹਿਰੀਕ ਹੈ ਉਹ ਮਜ਼ਹਬਾਂ ਦੇ ਵਿੱਚ ਡਿਵਾਈਡ ਹੋ ਗਈ ਮਤਲਬ ਮੁਸਲਿਮ ਲੀਗ ਕਹਿੰਦੀ ਸੀ ਕਿ ਬਈ ਅਸੀਂ ਠੀਕ ਹਾਂ ਜਿਹੜੀ ਦੂਸਰੀ ਸੀ ਕਾਂਗਰਸ ਕਹਿੰਦੀ ਸੀ ਕਿ ਅਸੀਂ ਠੀਕ ਹਾਂ ਆਪਣੇ ਆਪ ਨੂੰ ਹਾਂ ਕਰਨ ਲੱਗ ਗਏ ਠੀਕ ਹੈ ਹਾਂਜੀ ਤਕਸੀਮ ਹੋ ਗਏ ਨਾ ਵੋਟਾਂ ਦੇ ਚੱਕਰ ਦੇ ਵਿੱਚ ਜਿਸ ਤਰ੍ਹਾਂ ਤਕਸੀਮ ਕੀਤਾ ਜਾਂਦਾ ਹੈ ਮਜ਼ਹਬੀ ਉਹਨੂੰ ਤੇ ਫਿਰ ਉਸੇ ਦਿਨ ਨੂੰ
हर साल मनाया जाता है 23 मार्च को भगत सिंह की याद के उस दिन पहली बार इकट्ठ होया लाहौर के ठीक है ठीक। उस दिन इकट्ठ भगत सिंह का करके होया पर उस दिन पाकिस्तान की एक अलग जी होंद सी पाकिस्तान की जी बुनियाद रखनी सी 23 मार्च 1940 बाकायदा एक जिस तरह एक कंट्री का पेश नहीं किया जाता पूरा हाँ जी, हाँ जी। की आखांगे लफ्ज़ दे विच नकात कह लो कि नकात पेश किए कि इस कंट्री दे विच ये चीज़ होगी झंडा पेश किया गया उसका नाम पेश किया गया उसकी एक बुनियाद रखी गई 23 मार्च 1940 नूं। सो मनारे पाकिस्तान की यह कहानी है। तो इस तरह हुण ये मेरे खब्बे पासे इत्थे दा लारी अड्डा बहुत पुराना लारी अड्डा है साडे दौर दा सो लाहौर के बहुत सारे दरवाजे हैं जी जिन्हां च कश्मीरी गेट मस्ती गेट भाटी गेट दिल्ली दरवाजा सो इस तरह बहुत सारे नाम ने शेरां वाला गेट। सो ये हुण आपां उन्हां गेटां दे इर्द गिर्द जिहड़ा है एक तुहानूं भाजी एक कहानी याद है कि महाराजा एक घोड़े दो घोड़े जिहड़े सी ओह भजाए सी शाही किले तों पचित्तर सिंह नाम सी पता नहीं की नाम सी उन्हां दा सरदार मनी सिंह भाई साहब भाई मनी सिंह जी का जो शहीदी स्थान है वह भी इतने लागे ही है। शहीद सिंह सिंघणिया जिन्हों आप अरदास याद की करते हैं उन्हों का स्थान 2.5 लाख तो उपर मीर मनू की जेल जिथे अपने सिख शहीद हो उन्हों का स्थान भी इत्थे है। भाई तारू सिंह जिन्हां दे खोपड़ी लाई गई उन्हों का स्थान भी इत्थे अगे जी जी। भाई मनी सिंह जिन्होंने गुरु ग्रंथ साहब जी महाराज नूं लिखिया जिन्होंने उस वेले एज आ राइटर तुसीं कह लो जिन्होंने सो बहुत वड्डा इतिहास इस पासे पिया है लेकिन इस पासे रश बड़ा है। दिल्ली दरवाज़ा फिर सब तो वड्डी गल कि साहिब श्री गुरु रामदास जी का जो जन्म स्थान है हाँ जी। मैं सुबह लैके जावांगा क्योंकि उतों ही तुसी कल का दिन शुरू करोगे और गुरु रामदास जी महाराज अमृतसर साहब तुसी पहुँचोगे। सो उन्हों का जन्म स्थान जोड़ा है वो भी इतने है और सब तो वधिया गल इतें भी हूँ कुड़िया जड़िया ने स्कूटियां वेख सकते हो चला रही हैं लाहौर हूँ बदल रहा है। सो हुण असीं जा रहे हैं जी सब तो पहले साहिब श्री गुरु अर्जन देव जी महाराज की शहादत स्थान पर और उस तो बाद असीं जावांगे जी नाल ही महाराजा रणजीत सिंह की मड़ी है बहुत वड्डा इतिहास है जी और उस तो बाद असीं जावांगे जी शाही किला और फिर बादशाही मस्जिद। अच्छा मैं तुहानूं एक होर खूबसूरत गल दसदा इत्थों की हाँ जी इतों बाद कोई बंदा गड्डी नहीं लैके जा सकता इतों की हाँ जी ठीक है गड्डी नॉट अलाउड है क्योंकि यह बिल्कुल लोगों के रहने वास्ते जगह है। पर कोई भी सिख आवे कोई भी सिख बाहरों होवे इधर का होवे वो अपनी गड्डी लैके जा सकता है सिर्फ फॉरनर वास्ते नहीं कोई भी सिख इतने का रहने वाला भी सिख अपनी गड्डी लैके जा सकता है या दूजे नहीं आम लोग नहीं गुरुद्वारे करके कह लो वेखो तुहाडे सामने पुलिस वाले फिरन दे पैदल ही फिर सकदे बाकी कोई भी गड्डी आएगी ओहदे वास्ते पूरी एक कार्ड बनता है ओहदे राही या पूरी एक सो ए एक लोकल इत्थे अंदर ट्रेन चलती है ਪੁਰਾਣੀ ਹਾਂਜੀ ਓਹ ਉਹ ਟ੍ਰੇਨ ਦਾ ਇੰਜਨ ਦੇਖ ਰਿਹਾ ਗਰਮੀ ਹੋ ਗਈ ਹੈ ਨਾ ਹਾਂਜੀ ਗਰਮੀ ਹੋ ਗਈ ਦਸੰਬਰ ਦਾ ਮਹੀਨਾ ਤੇ ਅੱਜ ਪਹਿਲੀ ਦਸੰਬਰ ਹੈ ਹਾਂਜੀ ਨਹੀਂ ਯਾਰ ਨਹੀਂ ਅੱਜ 3 ਹੀ ਹੋਣੀ ਨਹੀਂ ਭਾਜੀ 1 ਦਸੰਬਰ
ਸੋ ਇੱਥੇ ਸ਼ਾਹੀ ਕੋੜੇ ਵਗੈਰਾ ਇਹਨਾਂ ਦੀ ਸਵਾਰੀ ਕਰ ਸਕਦੇ ਹੋ ਤੁਸੀਂ, ਹੋਰ ਬੜਾ ਕੁਛ ਹੈਗਾ। ਅਤੇ ਮੇਰਾ ਖਿਆਲ ਹੈ ਸਿਕਿਉਰਿਟੀ ਹਾਈ ਅਲਰਟ ਹੈ ਕਿਉਂਕਿ ਸ਼ਾਇਦ ਸ਼ਾਮ ਨੂੰ ਇੱਥੇ ਜਥਾ ਪਹੁੰਚੇ ਅਤੇ ਉਸ ਤੋਂ ਪਹਿਲੇ ਪਹਿਲੇ ਅਸੀਂ ਦਰਸ਼ਨ ਦੀਦਾਰੇ ਕਰਾਂਗੇ ਇੱਥੋਂ ਦੇ। ਸੋ ਇੱਥੇ ਸਕੂਲ ਟ੍ਰਿਪਸ ਬੇਸ਼ੁਮਾਰ। ਸੋ ਜੀ ਇਸ ਟਾਈਮ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਡੇਰਾ ਸਾਹਿਬ, ਜੋ ਕਿ ਸ਼ਹਾਦਤ ਅਸਥਾਨ ਹੈ। ਸੋ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਮੌਕਾ ਮਿਲਿਆ ਇਸ ਅਸਥਾਨ ਨੂੰ ਦੇਖਣ ਦਾ। ਸੋ ਜੀ ਇੱਥੇ ਦੀ ਆਪਾਂ ਅੰਦਰ ਐਂਟਰ ਕਰ ਗਏ ਹਾਂ ਗੁਰਦੁਆਰਾ ਸਾਹਿਬ ਦੇ। ਇੱਥੇ ਸਿਕਿਉਰਿਟੀ ਵਗੈਰਾ ਚੈੱਕ ਕਰਦੇ ਨੇ ਕਿਉਂਕਿ ਜਿਹੜੇ ਬਾਹਰ ਫੋਰਨਰਸ ਆਉਂਦੇ ਨੇ ਉਹਨਾਂ ਦੀ ਆਈ ਡੀ ਦਿਖਾਉਣਾ ਜ਼ਰੂਰੀ ਹੈ। ਸੋ ਜੀ ਚੱਲਦੇ ਹਾਂ ਅੱਗੇ। ਇੱਥੇ ਕਾਫੀ ਲੋਕ ਜੋ ਇੰਡੀਆ ਤੋਂ ਆਏ ਹੋਏ ਨੇ ਕਿਉਂਕਿ ਨਨਕਾਣਾ ਸਾਹਿਬ ਦਾ ਜੋ ਪ੍ਰੋਗਰਾਮ ਸੀ ਉਹਨੂੰ ਅਟੈਂਡ ਕਰਨ ਤੋਂ ਬਾਅਦ ਇੱਥੇ ਕਾਫੀ ਆਪਣੇ ਪੰਜਾਬੀ ਵੀਰ ਦੇਖਣ ਨੂੰ ਮਿਲ ਰਹੇ। ਸੋ ਇਸ ਪਾਸੇ ਹੈ ਡੇਰਾ ਸਾਹਿਬ, ਹਾਂਜੀ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਯਾਦ ਦੇ ਵਿੱਚ ਜੋ ਆਪਾਂ ਖੱਬੇ ਹੱਥ ਦੇਖ ਰਹੇ ਹਾਂ। ਜੀ ਜੀ। ਔਰ ਉੱਪਰ ਜੋ ਵੇਖ ਰਹੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਦੀ ਮੜੀ ਹੈ, ਉਹਨਾਂ ਦਾ ਸੰਸਕਾਰ ਇੱਥੇ ਹੋਇਆ ਸੀ। ਠੀਕ ਹੈ। ਸੋ ਬਿਲਕੁਲ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ, ਉਹਦੀ ਬੈਕ ਸਾਈਡ ਦੇ ਨਾਲ ਹੀ ਮਸਜਿਦ ਹੈ, ਜਿੰਨਾ ਦੋ ਗੁਰਦੁਆਰਾ ਸਾਹਿਬ ਦੀ ਔਰ ਮਸਜਿਦ ਦੀ ਦੀਵਾਰ ਬਿਲਕੁਲ ਸਾਂਝੀ ਦੀਵਾਰ ਹੈ ਇੱਕ। ਇਹ ਭਾਜੀ ਇਹ ਤੁਸੀਂ ਵੇਖ ਸਕਦੇ ਹੋ ਉੱਪਰ ਛੱਤਾਂ ਦੇ ਉੱਪਰ, ਇਹ ਬਹੁਤ ਪੁਰਾਣੀ ਪੇਂਟਿੰਗ ਹੈ ਔਰ ਵਕਤ ਦੇ ਨਾਲ ਇਹ ਥੋੜ੍ਹੇ ਜਿਹੇ ਜ਼ਰੂਰ ਫਿੱਕੇ ਪੈ ਗਏ ਨੇ। ਕਮਾਲ ਦੀ ਗੱਲ ਇਹ ਹੈ ਕਿ ਇੱਥੇ ਬਹੁਤ ਹੀ ਜ਼ਬਰਦਸਤ ਕਿਸਮ ਦੀ ਜੋ ਅਸੀਂ ਬਚਪਨ ਤੋਂ ਵੇਖਦੇ ਸੀਗੇ ਇੱਥੇ ਬਹੁਤ ਜ਼ਬਰਦਸਤ ਪੇਂਟਿੰਗ ਹੋਇਆ ਕਰਦੀਆਂ ਸਨ। ਸੋ ਵਕਤ ਦੇ ਨਾਲ ਨਾਲ ਇਹ ਪੇਂਟਿੰਗਸ ਜਿਹੜੀਆਂ ਨੇ ਅਮੂਮਨ ਯੂਰਪ ਦੇ ਵਿੱਚ ਅਗਰ ਤੁਸੀਂ ਕਿਸੇ ਕਿਲੇ, ਮਸਜਿਦ, ਮੰਦਰ, ਗਿਰਜਾਘਰ ਕਿਧਰੇ ਵੀ ਤੁਸੀਂ ਜਾਓਗੇ ਤੁਹਾਨੂੰ ਪੇਂਟਿੰਗ ਜ਼ਰੂਰ ਉੱਥੇ ਮਿਲਣਗੀਆਂ, ਪਰ ਇੱਥੇ ਇਹਨਾਂ ਪੇਂਟਿੰਗਸ ਦੀ ਇੰਨੀ ਜ਼ਿਆਦਾ ਦੇਖਭਾਲ ਨਾ ਹੋਣ ਕਰਕੇ ਜਾਂ ਪੁਰਾਣੀ ਹੋਣ ਕਰਕੇ ਤੁਸੀਂ ਵੇਖ ਸਕਦੇ ਹੋ ਛੱਤ ਕਾਫੀ ਪੁਰਾਣੀ ਹੈ ਔਰ ਇਸ ਕਰਕੇ ਕਾਫੀ ਕੁਛ ਕਾਫੀ ਇਤਿਹਾਸ ਜਿਹੜਾ ਹੈ ਉਹ ਇਹਦੇ ਨਾਲ ਮਖਦੂਮ ਹੋ ਗਿਆ। ਉਹ ਜਿਹੜਾ ਤੁਸੀਂ ਸਾਹਮਣੇ ਵੇਖ ਰਹੇ ਹੋ ਦਰਵਾਜ਼ਾ ਇੱਕ ਹੈ, ਇਹਦਾ ਨਾਂ ਹੈ ਰੋਸ਼ਨੀ ਦਰਵਾਜ਼ਾ ਔਰ ਇਸਦੀ, ਹਾਂਜੀ, ਇਸਦੀ ਖਾਲਸਾ ਰਾਜ ਦੇ ਵਿੱਚ ਬੜੀ ਅਹਿਮੀਅਤ ਸੀ ਕਿਉਂਕਿ ਸ਼ਾਹੀ ਕਿਲੇ ਤੋਂ ਫੌਜਾਂ ਸੂਬਾ ਪਹਿਲੇ ਇੱਥੇ ਆਉਂਦੀਆਂ ਸਨ, ਹਾਂਜੀ, ਮੱਥਾ ਟੇਕਣ, ਆਪਣੇ ਦਿਨ ਦੀ ਸ਼ੁਰੂਆਤ ਕਰਨ। ਔਰ ਆ ਜਾਓ ਹੁਣ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਉੱਪਰ ਮੜੀ ਲੈ ਕੇ ਜਾਵਾਂ। ਇਹ ਰਾਈਟ ਹੈਂਡ ਸਾਈਡ ਤੇ ਇੱਥੇ ਲੰਗਰ ਹਾਲ ਹੈ, ਗੁਰੂ ਕਾ ਲੰਗਰ, ਹਾਂਜੀ, ਗੁਰੂ ਕਾ ਲੰਗਰ ਹੈ। ਅਤੇ ਇਹ ਗੁਰਦੁਆਰਾ ਕਾਫੀ ਕੰਜਸਟਡ ਹੈ, ਛੋਟਾ ਹੈ ਗੁਰਦੁਆਰਾ, ਬਹੁਤ ਵੱਡਾ ਨਹੀਂ ਹੈ ਸੰਗਤਾਂ ਦੇ ਹਿਸਾਬ ਦੇ ਨਾਲ। ਅਤੇ 6 ਜੂਨ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਲੈ ਕੇ ਇੱਕ ਬਹੁਤ ਵੱਡਾ ਇਕੱਠ ਇੱਥੇ ਹੁੰਦਾ ਹੈ, ਇੰਡੀਆ ਤੋਂ ਵੀ ਜਥੇ ਆਉਂਦੇ ਨੇ। ਅਤੇ ਚੂੰਕਿ ਇਹ ਲਾਹੌਰ ਸ਼ਹਿਰ ਹੈ, ਲਾਹੌਰ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਗ੍ਹਾ ਜਿਹੜੀ ਹੈ ਉਹ ਬਹੁਤ ਹਰ ਚੀਜ਼ ਦੀ ਲਿਮਿਟ, ਹਾਂਜੀ ਹਾਂਜੀ, ਲਿਮਿਟਡ ਹੈ ਸਾਰਾ। ਸੋ ਇਹ ਗੁਰਦੁਆਰਾ ਸਾਹਿਬ 'ਚ ਬਹੁਤ ਲਿਮਿਟਡ ਜਗ੍ਹਾ ਹੁੰਦੀ ਹੈ, ਹੁਣ ਵੀ ਚੂੰਕਿ ਜਥਾ ਪੰਜਾ ਸਾਹਿਬ ਤੋਂ ਆ ਰਿਹਾ ਥੋੜ੍ਹੀ ਦੇਰ 'ਚ ਇੱਥੇ ਕਾਫੀ। ਸੋ ਤੁਸੀਂ ਦੇਖ ਰਹੇ ਹੋ ਬਿਲਕੁਲ ਸਾਹਮਣੇ ਤਾਂ ਬਹੁਤ ਹੀ ਪੁਰਾਣੀ ਇਮਾਰਤ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ।
सो हुण आपां अंदर जा रहे हैं, जो गुरुद्वारा बनाया गया है महाराजा रणजीत सिंह की समाध बनाई गई है। सो चूंकि थले काम हो रहा है, सो गुरु ग्रंथ साहब जी महाराज का प्रकाश अमूमन इतने ही होंगे, और इसे की बैक साइड से महाराणिया दी याद में समाधा बनिया हुई हैं। सो वो भी तुम दर्शन दीदारे करा दें। राम कली मला की जा आनंद ओंकार सतगुर प्रसाद मन बचिया बताया मेरे मन बचिया बताया मन बचिया बताया मेरे मन बचिया बताया आई ਤੇਰਾ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ ਅਰਜਨ ਮਾਰਗਵਿੰਦ ਰਾਮ ਸਿਮਰਾਮ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਟਾ ਸਭ ਦੁਖ ਜਾਇ सब तो पुराना इत्थे दा इतिहासिक गेट बनिया सामने जो कि तुसी देख रहे हो महाराजा रणजीत सिंह दे टाइम दा बहुत ही ज्यादा पुरानी बिल्डिंग है देख रहे हो तुसी छोटा ट्रिप सी। आज वीर जी आज मैं थाली लैन बैठू। वो आ गई थाली।